ਅੱਜਕੱਲ ਦੇ ਮੌਸਮ ਵਿੱਚ ਸੱਪ ਨਾਲ ਡੰਗੇ ਜਾਣ ਦੀਆਂ ਘਟਨਾਵਾਂ ਅਕਸਰ ਹੋ ਜਾਂਦੀਆਂ ਨੇ, ਪਰ ਇਹਨਾਂ ਦੀ ਤਾਦਾਦ 'ਚ ਵਾਧਾ ਸਾਉਣ ਮਹੀਨੇ 'ਚ ਹੁੰਦਾ ਹੈ। ਪਰ ਇਸ ਸਾਲ ਮੌਸਮ ਵਿੱਚ ਹੁੰਮਸ 'ਚ ਵਾਧਾ ਹੋਣ ਨਾਲ ਕਈ ਥਾਵਾਂ ਤੋਂ ਸੱਪ ਦੇ ਡੰਗਣ ਦੀਆਂ ਖਬਰਾਂ ਆਉਂਦੀਆਂ ਹਨ। ਤਾਜ਼ਾ ਘਟਨਾ ਫਾਜ਼ਿਲਕਾ ਦੇ ਪਿੰਡ ਝੰਗੜ ਦੀ ਹੈ, ਜਦੋਂ ਬਾਪ ਬੇਟਾ ਸਵਖਤ ਦੇ ਖੇਤਾਂ ਵਿੱਚ ਪਾਣੀ ਲਾਉਣ ਗਏ। ਉੱਥੇ 10 ਸਾਲਾ ਬੱਚੇ ਮਨੀਸ਼ ਕੁਮਾਰ ਨੂੰ ਸੱਪ ਨੇ ਡੰਗ ਲਿਆ ਅਤੇ ਹਸਪਤਾਲ ਜਾਂਦੇ ਹੀ ਰਾਹ ਵਿੱਚ ਉਸ ਦੀ ਮੌਤ ਹੋ ਗਈ। ਮੈਂ ਸਰਪੰਚ ਰਮੇਸ਼ ਝੰਗੜ ਬੈਣੀ ਔਰ ਰਾਮ ਸਿੰਘ ਬੈਣੀ ਤੋਂ, ਇਹਨਾਂ ਦਾ ਲੜਕਾ ਸਵੇਰੇ ਤਕਰੀਬਨ 4:30 ਵਜੇ 5 ਵਜੇ ਦੇ ਤਕਰੀਬਨ ਇਹ ਆਪਦੇ ਖੇਤ ਗਏ ਸੀਗੇ। ਖੇਤ ਝੋਨੇ ਦੀ ਲਾਗਤ ਚੱਲ ਰਹੀ ਲਾ ਰਹੇ ਨੇ, ਇਹ ਬੱਚੇ ਨੂੰ ਨਾਲ ਲੈ ਕੇ ਗਏ ਸਵੇਰੇ ਸਵੇਰੇ ਚਾ ਗਿਆ ਨਾਲ, ਅਤੇ ਇਹ ਅੱਗੇ ਟੋਕ ਲਾ ਲਿਆ ਲਾ ਰਿਹਾ ਸੀਗਾ ਅਤੇ ਪਿੱਛੋਂ ਇੱਕ ਪਾਣੀ ਲੀਕ ਹੋ ਰਿਹਾ ਸੀ ਖਾਲੇ ਦਾ, ਉਹ ਖਾਲੇ ਨੂੰ ਬੰਨ ਲਾਉਣ ਲੱਗਿਆ ਬੰਨਣ ਲੱਗਿਆ ਅਤੇ ਉੱਥੇ ਸੱਪ ਪਿਆ ਸੀ। ਅੱਗੇ ਬੰਨਣ ਲੱਗਿਆ ਸਾਰ ਹੀ ਉਹਨੇ ਮੱਥੇ 'ਤੇ ਅੱਖ ਦੇ ਉੱਪਰ ਉੱਪਰ ਸਾਈਡ 'ਤੇ ਉਹਨੇ ਡੰਗ ਲਾ ਲਿਆ ਜੀ, ਅਤੇ ਇਹ ਨੁਕਸਾਨ ਇਹਨਾਂ ਦਾ ਹੋ ਗਿਆ ਅਤੇ ਬੱਚੇ ਦੀ ਡੈਥ ਹੋ ਗਈ ਮੌਕੇ ਦੇ 15 ਮਿੰਟਾਂ ਬਾਅਦ। ਅਤੇ ਅਸੀਂ ਸਰਕਾਰ ਤੋਂ ਇਹ ਮੰਗ ਕਰਦੇ ਹਾਂ ਵੀ ਇਹਨੂੰ ਜਿਹੜੀ ਮਾਲੀ ਸਹਾਇਤਾ ਦਿੱਤੀ ਜਾਵੇ, ਗਰੀਬ ਪਰਿਵਾਰ ਦੇ ਵਿੱਚੋਂ ਇਹਨਾਂ ਦੀ ਬੱਚਾ ਹੈ ਅਤੇ ਇਹਨਾਂ ਨੂੰ ਜਿਹੜੀ ਬਣਦੀ ਮੁਆਵਜ਼ਾ ਜਾਂ ਮਾਲੀ ਸਹਾਇਤਾ ਦਿੱਤੀ ਜਾਵੇ। ਇੱਥੇ ਜੇਕਰ ਕਰਨਾ ਜ਼ਰੂਰੀ ਹੈ ਕਿ ਸੱਪਾਂ ਦੀਆਂ ਅਨੇਕਾਂ ਕਿਸਮਾਂ ਹੁੰਦੀਆਂ ਨੇ, ਪਰ ਬਹੁਤ ਘੱਟ ਕਿਸਮਾਂ ਜ਼ਹਿਰੀਲੀਆਂ ਹੁੰਦੀਆਂ ਨੇ। ਇਸ ਕਰਕੇ ਸੱਪ ਦੀ ਪਹਿਚਾਣ ਕਰਨੀ ਜ਼ਰੂਰੀ ਹੈ ਤਾਂ ਜੋ ਦਿਲ ਦਹਿਲਣ ਨਾਲ ਮੌਤ ਨਾ ਹੋਵੇ। ਫਾਜ਼ਿਲਕਾ ਤੋਂ ਸੁਨਿੰਦਰਜੀਤ ਸਿੰਘ ਨਾਲ ਲਵਦੀਪ ਸਿੱਧੂ, ਰੇਡੀਓ ਪੰਜਾਬ ਟੂਡੇ।